प्यार नाल ही समझा रही हाँ, है ना। वैसे तो वो समझण वाली नस्लां होनियां ही नहीं हैगियां, पहली गल तां इह जिहड़े लाइक इदां किसी के बारे च बोलते हैं, है ना, कीड़े पैण उन्हां दे सवेरे सवेरे। पहले तो थोड़ा विरसा टीवी चैनल में बहुत बहुत स्वागत है जी। मैं थोड़ा होस्ट ते दोस्त जौल। आए दिन सोशल मीडिया से कोई ना कोई वीडियो वायरल होती रहती है। इस तरह ही पंजाबी गायिका जैसी कौर की भी एक वीडियो सामने आई है, जिथे कि जैसी कौर अपने पेज से लाइव आए तो उत्थे कुछ लोगों ने गलत कमेंट की। गलत कमेंट करने वाले की जवाब दिता आओ एक झलक मारते हैं वीडियो के वल। तो वीडियो देखने तो पहले जिन्हें स्रोतिया ने अभी तक विरसा टीवी चैनल सबसक्राइब नहीं किया, चैनल में सबसक्राइब करो तो ना लगते बैल के आइकॉन पर क्लिक करो तो इंडस्ट्री दीयां तेज खबरों तुहानू सारयां तों पहलां मिल सके। गुस्से क्यों हो रही है? गल गुस्से होती नहीं गी, गल यह होंगी है कि मेरे नाल मेरे कोई मेरे रैलेटिव मेरे मेरा ब्रदर कोई मेरी सिस्टर सारे मेरे नाल ऐड है ना। लाइक आप मूँह चाह के उ लिखी जाने अगले दिया फोटो तो पता नहीं की कुछ पाई जाने है वे गुस्सा तो बंदे लगता है ना। लाइक सो मेरी प्लीज़ है ना, मैं प्यार नाल ही समझा रही हूँ, है ना। वैसे तो वो समझण वाली नस्लां होनियां ही नहीं हैगियां, पहली गल तो ये जिहड़े लाइक इदां किसी के बारे च बोलते हैं, है ना, कीड़े पैण उन्हां दे सवेरे सवेरे। हुण लाइव च तां इन्ना की बंदा कह सकदा आ, दिलजीत बराड़। हाँ जी उही बंदा वारी वारी कर रहा है, तुसीं देख रहे होंगे, है ना, जिहड़े चलो ऐड ने काफ़ी टाइम तो मेरे नाल। कदे कोई ऐदा नहीं होया हैगा कि कोई गलत लिखे, है ना। सो मैं ये वाले इशू तो बोलना नहीं चाहती सी, क्योंकि कहिंदे हुंदे ना भी कुत्ते भौंकदे आ ते उन्होंने भौंकदे ही रहना आ उन्हां नूं। लाइक कई बार आपां कुछ पा भी दिंदे आ ना ते ओह फिर भी भौंकी जांदे ने स्टिल ओह उन्हां नस्लां दे विच्चों आ जिहड़े ऐदां दे बैड कमेंट करदे आ। ਅਤੇ ਉਹ ਹੱਟਣ ਵਾਲੇ ਨਹੀਂ ਹੁੰਦੇ, ਉਹ ਇੱਕ ਨੂੰ ਨਹੀਂ ਕਰਦੇ, ਉਹ ਜਦੋਂ ਉਹਨਾਂ ਦੀ ਕੋਈ ਭੈਣ ਜਾਂ ਕੋਈ ਉਹਨਾਂ ਦਾ ਕੋਈ ਹੋਰ ਉਹਨਾਂ ਦਾ ਵੀ ਫੋਟੋਆਂ ਲਾਈਕ ਅਪਲੋਡ ਕਰਦਾ ਨਾ, ਉਹ ਉਹਨਾਂ ਨੂੰ ਵੀ ਇੱਦਾਂ ਹੀ ਬੋਲਦੇ ਤਾਂ ਉਹਨਾਂ ਨਾਲ ਬਿਹੇਵੀਅਰ ਵੀ ਇੱਦਾਂ ਦਾ ਹੀ ਕਰਦੇ ਆ ਜਿੱਦਾਂ ਉਹ ਦੂਸਰਿਆਂ ਨੂੰ ਲਿਖਦੇ ਆ। ਸੋ ਉਹਨਾਂ ਨੂੰ ਆਪ ਨੂੰ ਕੋਈ ਸੰਗ ਸ਼ਰਮ ਤਾਂ ਹੁੰਦੀ ਨਹੀਂ, ਕਿਉਂਕਿ ਉਹ ਨਸਲਾਂ ਹੀ ਇੱਦਾਂ ਦੀਆਂ ਹੁੰਦੀਆਂ ਨੇ ਘਟੀਆ, ਹੈ ਨਾ। ਉਹਨਾਂ ਨੂੰ ਆਪ ਦਾ ਪਤਾ ਹੀ ਨਹੀਂ ਹੁੰਦਾ ਕਿ ਉਹ ਗੰਦੀਆਂ ਔਲਾਦਾਂ ਹੈਗੀਆਂ ਕਿਹਦੀਆਂ ਆ, ਠੀਕ ਆ। ਇਸ ਕਰਕੇ ਉਹ ਫਿਰ ਲਾਈਕ ਉਹਨਾਂ ਦੇ ਬਲੱਡ ਦੇ ਵਿੱਚ ਹੀ ਇਹ ਚੀਜ਼ਾਂ ਹੁੰਦੀਆਂ ਆ ਨਾ, ਤਾਂ ਉਹ ਇਸ ਕਰਕੇ ਉਹ ਫਿਰ ਦੂਸਰਿਆਂ ਨੂੰ ਵੀ ਉਸੇ ਤੱਕੜੀ ਦੇ ਵਿੱਚ ਹੀ ਤੋਲਦੇ ਆ। ਸੋ ਕਾਫੀ ਜਗ੍ਹਾ ਦੇ ਮੈਨੂੰ ਮੈਸੇਜ ਆਏ, ਹੈ ਨਾ, ਵੀ ਤੁਸੀਂ ਉਹਨਾਂ ਦੇ ਬਾਰੇ 'ਚ ਬੋਲੋ ਬੋਲੋ ਬੋਲੋ, ਹੈ ਨਾ। ਅਤੇ ਕਾਫੀ ਜਣੇ ਨੇ ਉਹਨਾਂ ਨੂੰ ਰਿਪਲਾਈ ਵੀ ਕੀਤਾ ਜਿਹੜਾ ਬੰਦਾ ਬੈਡ ਕਮੈਂਟ ਕਰਦਾ ਪਿਆ। ਦੋ ਜਣੇ ਆ, ਇੱਕ ਨੇ ਤਾਂ ਪਿੱਛੇ ਸਰਦਾਰ ਜੀ ਲਾਇਆ ਪਿਆ, ਤੂੰ ਕਿਹੜੇ ਪਾਸੋਂ ਪਹਿਲੀ ਗੱਲ ਸਰਦਾਰ ਆ, ਸਰਦਾਰ ਲੋਕਾਂ ਦੀ ਇੱਜ਼ਤ ਕਰਦੇ ਨੇ, ਰਿਸਪੈਕਟ ਕਰਦੇ ਨੇ, ਤੇਰੇ ਵਾਂਗੂ ਨਹੀਂ ਕੁੱਤਿਆ। ਮੈਂ ਬਹੁਤ ਦਿਨਾਂ ਦੀ ਇਗਨੋਰ ਹੀ ਕਰ ਰਹੀ ਹਾਂ, ਸੀਰੀਅਸਲੀ ਜਸ਼ਨਦੀਪ ਸਿੰਘ ਜੀ, ਇਗਨੋਰ ਹੀ ਕਰ ਰਹੀ ਹਾਂ ਮੈਂ, ਹੈ ਨਾ। ਪਰ ਬੰਦਾ ਕਹਿੰਦੇ ਹੁੰਦੇ ਨਾ ਅੱਕ ਕੇ ਬੰਦਾ ਬੋਲਦਾ ਆ, ਵੀ ਜਦੋਂ ਕਹਿੰਦੇ ਹੁੰਦੇ ਸਿਰ ਤੋਂ ਪਾਣੀ ਲੰਘ ਜਾਂਦਾ ਆ। ਉਹ ਕੱਲ੍ਹ ਵੀ ਆਪਣਾ ਉਹ ਮੇਰਾ ਐਡਮਿਨ ਫੋਟੋ ਪਾ ਕੇ ਆਪ ਤਾਂ ਸੌ ਜਾਂਦਾ ਆ ਮੇਰੇ ਖਿਆਲ ਨਾਲ, ਮੈਂ ਤਾਂ ਹੁਣ ਉੱਠੀ ਸੀਗੀ ਅਤੇ ਹੁਣ ਮੈਂ ਆਪਣਾ ਫੈਨ ਪੇਜ ਖੋਲਿਆ, ਮੈਂ ਦੇਖਿਆ ਉਹ ਲਾਈਨ ਲੱਗੀ ਹੋਈ ਆ। ਇੱਕ ਹੀ ਦੋ ਬੰਦੇ ਨੇ ਜਿਹੜੇ ਬੈਡ ਕਮੈਂਟ ਕਰ ਰਹੇ ਨੇ, ਹੈ ਨਾ। ਅਤੇ ਉਹ ਵਿੱਚ ਜਿਨ੍ਹਾਂ ਦੇ ਹੁਣ ਰਿਪਲਾਈ ਵੀ ਆ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਰਿਪਲਾਈ ਨਹੀਂ ਕਰਦੇ, ਉਹਨਾਂ ਬਾਰੇ ਬੋਲੋ, ਹੈ ਨਾ, ਉਹਨਾਂ ਦਾ ਥੈਂਕਸ ਵੀ ਕਰਦੇ ਆਪਾਂ, ਹੈ ਨਾ, ਕਿ ਚਲੋ ਵਿੱਚ ਚੰਗੇ ਲੋਕ ਵੀ ਹੈਗੇ ਨੇ। ਅਤੇ ਪਰ ਗੁੱਸਾ ਤਾਂ ਫਿਰ ਬੰਦੇ ਨੂੰ ਆਉਂਦਾ ਹੀ ਹੈ ਨਾ, ਜਦੋਂ ਵੀ ਆਪਣੇ ਬਾਰੇ ਐਵੇਂ ਮੂੰਹ ਚੱਕ ਕੇ ਭੌਂਕੀ ਜਾਂਦਾ ਆ, ਹੈ ਨਾ, ਫਿਰ ਉਹਦੇ ਲਈ ਗੁੱਸਾ ਤਾਂ ਆਉਂਦਾ ਨਾ ਬੰਦੇ ਨੂੰ। ਸਹੀ ਆ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਇਹ ਜਿਹੜੀਆਂ ਇਹ ਲੋਕ ਸੁਧਰਨ ਵਾਲੇ ਨਹੀਂ ਹੁੰਦੇ ਹੈਗੇ, ਮੈਂ ਤਾਂ ਪਹਿਲਾਂ ਹੀ ਕਿਹਾ ਕਿ ਹੱਟੀ ਆ ਕਿ ਇਹ ਚੀਜ਼ ਦਾ ਨਾ ਇਹਨਾਂ ਦੇ ਬਲੱਡ ਦੇ ਵਿੱਚ ਹੀ ਆ, ਇਹ ਬੰਦੇ ਸੁਧਰ ਨਹੀਂ ਸਕਦੇ। ਆਪਣੇ ਘਰ ਵੀ ਇੱਦਾਂ ਹੀ ਕਰਦੇ ਆ, ਜਦੋਂ ਇਹਨਾਂ ਦੀਆਂ ਕੋਈ ਆਪਣੀਆਂ ਫੋਟੋਆਂ ਪਾਉਂਦੀਆਂ ਹੈਗੀਆਂ, ਉਹ ਬੰਦਾ ਕਦੇ ਕਿਸੇ ਦੀ ਧੀ ਭੈਣ ਦੀ ਫੋਟੋ 'ਤੇ ਜਾਂ ਵੀਡੀਓ 'ਤੇ ਕਦੀ ਮਾੜਾ ਕਮੈਂਟ ਨਹੀਂ ਕਰੂਗਾ, ਜਿਹੜਾ ਬੰਦਾ ਘਰ ਆਪਣੀਆਂ ਦੀ ਰਿਸਪੈਕਟ ਕਰਦਾ ਆ। ਜਿਹੜਾ ਬੰਦਾ ਘਰ ਨਹੀਂ ਨਾ ਰਿਸਪੈਕਟ ਕਰਦਾ ਆਪਣੀਆਂ ਦੀ, ਅਤੇ ਉਹ ਬਾਹਰ ਵੀ ਦੂਸਰਿਆਂ ਲਈ ਵੀ ਇੱਦਾਂ ਹੀ ਸਮਝਦਾ ਹੈਗਾ ਆ। ਤੁਸੀਂ ਕਿਸੇ ਦੇ ਸਟੇਟਸ ਬਾਰੇ ਕੀ ਜਾਣਦੇ ਹੋ, ਵੀ ਕਿਉਂ ਤੂੰ ਇੱਦਾਂ ਕਿੱਦਾਂ ਕੋਈ ਕਿਸੇ ਬਾਰੇ ਬੋਲ ਸਕਦਾ ਆ ਕਿ ਆਏ ਆ ਜੋ ਆ ਫਲਾਨਾ ਢਿਮਕਾ ਆ। ਤਾਂ ਮੇਰੇ ਸਾਹਮਣੇ ਉਹਨਾਂ ਤੇਰਾ ਮੈਂ ਸਿਰ ਪਾੜਦਾ ਪਹਿਲੀ ਗੱਲ ਦੈਟ ਮਾਰ ਕੇ।
ਪੇਸ਼ੈਂਸ ਤਾਂ ਰੱਖ ਰੱਖ ਕੇ ਮੈਨੂੰ ਬਹੁਤ ਦਿਨ ਹੋ ਗਏ ਸੀਰੀਅਸਲੀ, ਮੈਂ ਇਗਨੋਰ ਹੀ ਕਰ ਰਹੀ ਸੀਗੀ। ਪਰ ਕਹਿੰਦੇ ਹੁੰਦੇ ਨਾ ਇੱਕ ਚੀਜ਼ ਦੀ ਹੱਦ ਹੁੰਦੀ ਆ, ਫਿਰ ਆਪਾਂ ਨੂੰ ਉਹਦੇ ਲਈ ਬੋਲਣਾ, ਚਲੋ ਖੈਰ ਛੱਡੋ, ਹੋਰ ਸੁਣਾਓ ਤੁਸੀਂ ਸਾਰੇ ਠੀਕ ਠਾਕ ਹੋ। ਸਵੇਰੇ ਸਵੇਰੇ ਨਾ ਮੈਨੂੰ ਗੁੱਸਾ ਸੱਚੀ ਬਹੁਤ ਸੀਗਾ, ਮੈਨੂੰ ਸਮਝ ਨਹੀਂ ਆਉਂਦੀ ਇਹ ਆਏ ਕਿੱਥੋਂ ਨੇ, ਕੌਣ ਨੇ, ਹੈ ਨਾ। ਕਦੀ ਮੈਂ ਸੱਚੀ ਕਹਿੰਦੀ ਹਾਂ, ਵਾਹਿਗੁਰੂ ਤੋਂ ਡਰ ਕੇ ਕਹਿੰਦੇ ਆਪਾਂ, ਕਦੀ ਇੱਦਾਂ ਦਾ ਕਦੇ ਕੋਈ ਲਾਈਕ, ਮੈਨੂੰ ਤਾਂ ਬੰਦੇ ਨੂੰ ਸਗੋਂ ਦੀ ਨਾ ਮਾਣ ਹੁੰਦਾ ਆ, ਹੈ ਨਾ, ਜਦੋਂ ਆਪਣੇ ਨਾਲ ਚੰਗੇ ਲੋਕ ਜੁੜੇ ਹੁੰਦੇ ਆ ਨਾ, ਕਿ ਚਲੋ ਤੁਹਾਡੇ ਸਿਰ 'ਤੇ ਹੀ ਅਸੀਂ ਹਾਂ, ਹੈ ਨਾ, ਅਤੇ ਜੋ ਵੀ ਹੈਗੇ ਆ ਤੁਹਾਡੇ ਕਰਕੇ ਆ। ਸੋ ਮੈਂ ਕਦੇ ਕੋਈ ਸ਼ੋਅ ਆਫ ਵੀ ਨਹੀਂ ਕਰਦੀ, ਕਿਉਂਕਿ ਜਿੰਨੀ ਕੁ ਔਕਾਤ ਦੇ ਵਿੱਚ ਬੰਦਾ ਹੁੰਦਾ ਆ, ਹਰ ਇੱਕ ਨੂੰ ਆਪਣਾ ਪਤਾ ਹੀ ਹੁੰਦਾ ਆ, ਐਵੇਂ ਮੈਂ ਫੁਕਰੀਆਂ ਮਾਰੀ ਜਾਵਾਂ, ਤੁਹਾਡੇ ਸਾਹਮਣੇ ਆਇਆ ਜਾਵਾਂ, ਹੈ ਨਾ, ਉਹ ਚੀਜ਼ ਦਾ ਵੀ ਮਜ਼ਾ ਨਹੀਂ ਆਉਂਦਾ, ਠੀਕ ਹੈ, ਹੈ ਨਾ। ਅਤੇ ਚਲੋ ਆਪਾਂ ਓਨਾ ਹੀ ਕਰੀਦਾ ਆ ਜਿੰਨੇ ਕੁ ਦੀ ਜ਼ਰੂਰਤ ਹੈਗੀ ਆ, ਪਰ ਇਹ ਲੋਕ ਜਿਹੜੇ ਹੈਗੇ ਨਾ, ਚੁੱਪ ਕੀਤਿਆਂ ਨੂੰ ਕੋਈ ਰਹਿਣ ਨਹੀਂ ਦਿੰਦਾ ਹੈਗਾ, ਫਿਰ ਉਹਦੇ ਲਈ ਕਦੇ ਥੋੜ੍ਹਾ ਜਿਹਾ ਤਾਂ ਫਿਰ ਬੋਲਣਾ ਚਾਹੀਦਾ ਆ। ਅਤੇ ਵੈਸੇ ਵੀ ਅਸੀਂ ਆਪਣੇ ਹੱਕ ਦੇ ਲਈ ਤਾਂ ਬੋਲ ਹੀ ਸਕਦੇ ਹਾਂ ਨਾ, ਹੈ ਨਾ। ਸੋਨੀ ਦਿਓਲ ਕਹਿੰਦੇ ਚਲੋ ਕੋਈ ਨਾ, ਗੁੱਸਾ ਨਹੀਂ ਕਰੀਦਾ ਸਵੇਰੇ ਸਵੇਰੇ, ਵੀਰੇ ਗੁੱਸਾ ਮੇਰਾ ਜੀ ਕਰਦਾ ਆ, ਮੈਂ ਉਹਨੂੰ ਪਾੜਦਾ, ਵਿਚਾ ਲਿਓ ਫੜ ਕੇ ਬੰਦੇ ਨੂੰ। ਕਹਿੰਦੇ ਮੈਨੂੰ ਦੱਸੋ ਵੀ ਕੀ ਆ, ਰਿਜ਼ਵਾਨ ਖਾਨ ਕਹਿੰਦੇ ਮੈਂ ਉਹਦਾ ਕੰਮ ਹੁਣੇ ਕਰਦਾ ਆ, ਬਿਲਕੁਲ ਜੀ ਬਿਲਕੁਲ। ਕਹਿੰਦੇ ਹੁੰਦੇ ਨਾ ਵੀ, ਮੈਂ ਪਹਿਲਾਂ ਹੀ ਕਹਿ ਕੇ ਹਟੀਆਂ ਵੀ, ਕੁੱਤੇ ਜਿਹੜੇ ਭੌਂਕਦੇ ਹੁੰਦੇ ਆ ਉਹਨਾਂ ਨੇ ਆਪਣਾ ਕੰਮ ਕਰਨਾ ਹੀ ਹੁੰਦਾ ਆ, ਉਹ ਕਿਸੇ ਦੇ ਸਮਝਾਇਆ ਸਮਝਣ ਵਾਲੇ ਨਹੀਂ ਹੁੰਦੇ ਹੈਗੇ। ਸੋ ਚਲੋ ਠੀਕ ਹੈ ਜੀ, ਹੁਣ ਰੋਟੀ ਪਾਣੀ ਵੀ ਕਰਨਾ ਆ। ਅਤੇ ਮੈਂ ਸੱਚੀ, ਮੈਨੂੰ ਬਹੁਤ ਗੁੱਸਾ ਸੀਗਾ ਸੌਂ ਲੱਗੇ, ਅਤੇ ਮੈਂ ਇੰਨਾ ਕੁ ਬੋਲਣਾ ਸ਼ਾਇਦ ਬਣਦਾ ਵੀ ਆ, ਹੈ ਨਾ, ਪਰ ਮੈਂ ਕਹਿੰਦੀ ਹੁੰਦੀ ਹਾਂ ਹਮੇਸ਼ਾ ਵੀ ਚਲੋ ਨਾ ਕਿਸੇ ਨੂੰ ਬੋਲਿਆ ਜਾਵੇ ਕੁਛ, ਨਾ ਬੋਲਿਆ ਜਾਵੇ, ਹੈ ਨਾ, ਕਿਉਂਕਿ ਇੱਕ ਬੰਦਾ ਤਾਂ ਉੱਦਾਂ ਦਾ ਹੈਗਾ ਹੀ ਹੈਗਾ ਆ, ਕਿ ਆਪਾਂ ਉਹਦੇ ਆਪਾਂ ਕਿਉਂ ਉੱਦਾਂ ਦੇ ਬਣਨਾ ਹੈਗਾ ਆ। ਪਰ ਜਿਹੜੇ ਲੋਕ ਆ ਨਾ, ਇਹ ਜਿਹੜੇ ਮਤਲਬ ਕਿ ਲਾਈਕ ਇੱਕ ਗੱਲ ਹੋਰ ਆ ਵੀ, ਤੁਸੀਂ ਕੁੜੀ ਦੀ ਫੋਟੋ 'ਤੇ ਕਰ ਰਹੇ ਆ, ਪੰਗਾ ਲੈਣਾ ਕਿਸੇ ਚੱਜ ਦੇ ਨਾਲ ਲਓ, ਤੁਹਾਨੂੰ ਦੇਵੇ ਪ੍ਰਸ਼ਾਦ ਲਾਗੋ, ਹੈ ਨਾ। ਹੁਣ ਕੁੜੀ ਕੀ ਕਹਿ ਸਕਦੀ ਆ, ਕੁੜੀ ਤਾਂ ਬੋਲ ਹੀ ਸਕਦੀ ਆ ਨਾ, ਫਿਰ ਜੇ ਆਪਾਂ ਬੋਲਦੇ ਵੀ ਆ, ਹੈ ਨਾ, ਫਿਰ ਕਈ ਵਾਰੀ ਚਲੋ ਆਪਾਂ ਇਨਸਾਨ ਆ ਨਾ, ਬੰਦੇ ਤੋਂ ਗਲਤੀ ਬੋਲਦੇ ਸਮੇਂ ਕਈ ਵਾਰੀ ਕੁਛ ਜ਼ਿਆਦਾ ਵੀ ਬੋਲਿਆ ਜਾਂਦਾ, ਗੁੱਸੇ ਦੇ ਵਿੱਚ ਬੰਦਾ ਬੋਲ ਦਿੰਦਾ ਆ, ਹੈ ਨਾ। ਲਾਈਕ ਜੇ ਤੁਸੀਂ ਅਸਲੀ ਮਰਦ ਹੈਗੇ ਆ, ਤਾਂ ਤੁਸੀਂ ਚੱਜਦਿਆਂ ਦੇ ਨਾਲ ਪੰਗਾ ਲਓ, ਹੈ ਨਾ, ਵੀ ਤੁਸੀਂ ਉਹਨਾਂ ਨਾਲ ਬਰਾਬਰਦਿਆਂ ਨਾਲ ਪੰਗਾ ਲਓ, ਜਿਹੜੇ ਕੁੜੀ ਦੇ ਉੱਤੇ ਤੁਸੀਂ ਕੀ ਕੁੜੀ ਬਾਰੇ, ਚਲ ਠੀਕ ਆ, ਅਤੇ ਕਿਸੇ ਤੁਰੀ ਜਾਂਦੀ ਦੇ ਉੱਪਰ ਆਪਾਂ ਕੋਈ ਕਮੈਂਟ ਕੱਸ ਦਿੱਤਾ, ਠੀਕ ਆ, ਕਹਿ ਦਿੱਤਾ ਕਿ ਉਹ ਇੱਦਾਂ ਜਾਂ ਉੱਦਾਂ ਆ, ਹੈ ਨਾ। ਅਤੇ ਕੁੜੀ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਕਿੰਨੇ ਕੁ ਸਮਝਦੇ ਹੈਗੇ ਆ, ਕਿ ਅਸੀਂ ਬਹੁਤ ਹੈਗੇ ਹਾਂ, ਲਾਈਕ ਵਧੀਆ ਬੰਦੇ ਹੈਗੇ ਹਾਂ, ਠੀਕ ਹੈ। ਇੱਥੋਂ ਤੁਹਾਡੀ ਔਕਾਤ ਦਾ ਪਤਾ ਚੱਲਦਾ ਹੈਗਾ ਕਿ ਤੁਸੀਂ ਕਿੰਨੇ ਕੁ ਪਾਣੀ ਦੇ ਵਿੱਚ ਹੈਗੇ, ਅਤੇ ਕਿੱਦਾਂ ਦੀਆਂ ਫੈਮਲੀਆਂ ਨੂੰ ਬਿਲੋਂਗ ਕਰਦੇ ਆ। ਠੀਕ ਹੈ ਜੀ ਗੁਰਪ੍ਰੀਤ ਬਰਾੜ ਜੀ, ਅੱਧੇ ਜਾਣੇ ਮੈਨੂੰ ਇਹ ਮੇਰੇ ਇੰਸਟਾ 'ਤੇ ਮੈਸੇਜ ਕਰ ਕਰਕੇ ਮੈਨੂੰ ਕਹਿੰਦੇ ਟਿਕਟੋਕ ਬੰਦ ਹੋ ਗਈ, ਟਿਕਟੋਕ ਬੰਦ, ਵੀ ਮੈਂ ਥੋੜ੍ਹੀ ਬੰਦ ਕਰਵਾਈ ਟਿਕਟੋਕ, ਹੋ ਗਈ ਤਾਂ ਹੋ ਗਈ ਸੀ, ਫਿਰ ਕੀ ਹੈ, ਇਹ ਤਾਂ ਚੱਲਦਾ ਹੀ ਰਹਿੰਦਾ ਆ ਦੁਨੀਆਂ ਦਾ ਮੇਲਾ, ਹੈ ਨਾ, ਐਵੇਂ। ਮੈਨੂੰ ਕਹੀ ਜਾਂਦੇ ਨੇ ਮੈਂ ਕਿਸੇ ਨੂੰ ਗਾਲ ਨਹੀਂ ਕੱਢਦੀ ਜੀ, ਮੈਂ ਤਾਂ ਸਮਝਾ ਹੀ ਰਹੀ ਹਾਂ ਕਿ ਲਾਈਕ ਕਿਸੇ ਦੇ ਬਾਰੇ 'ਚ ਇੱਦਾਂ ਨਾ ਬੋਲਿਆ ਕਰੋ ਕੋਈ ਵੀ, ਤੁਸੀਂ ਤਾਂ ਖੈਰ ਜਿੰਨੇ ਜਾਣੇ ਹੈਗੇ ਹੋ ਕੋਈ ਨਹੀਂ ਬੋਲਦਾ, ਮੈਨੂੰ ਪਤਾ ਆ। ਅਤੇ ਪਰ ਕਈ ਲੋਕ ਹੈਗੇ ਨੇ, ਹੈ ਨਾ, ਜਿਨ੍ਹਾਂ ਦੀ ਕੋਈ ਆਪਦੀ ਤਾਂ ਰਿਸਪੈਕਟ ਨਹੀਂ ਹੁੰਦੀ, ਅਤੇ ਉਹ ਦੂਸਰਿਆਂ ਨੂੰ ਵੀ ਰਿਸਪੈਕਟ ਨਹੀਂ ਦੇ ਸਕਦੇ ਹੁੰਦੇ, ਵੀ ਆਪ ਇਨਸਾਨ ਜਿੱਦਾਂ ਦਾ ਮਰਜ਼ੀ ਆ, ਐਟਲੀਸਟ ਦੂਸਰਿਆਂ ਦੇ ਸਾਹਮਣੇ ਤਾਂ ਚੰਗੇ ਬਣ ਜਾਓ। ਹੋਰ ਵੀ ਤਾਂ ਕਿੰਨੇ 50 ਲੋਕ ਮੈਸੇਜ ਕਰਦੇ ਨੇ, ਕਮੈਂਟ ਕਰਦੇ ਨੇ, ਹੈ ਨਾ। ਮੈਂ ਦੱਸਿਆ ਉਹ ਮੁੰਡਾ ਕੋਈ ਸੰਧੂ ਆ, ਪਤਾ ਨਹੀਂ ਕੀ ਸੀ ਲਾਸਟ ਉਹਦਾ ਫਸਟ ਨੇਮ, ਹੈ ਨਾ,
ਤੇ ਉਹ ਮੈਨੂੰ ਕਹਿੰਦੇ ਵੀ ਇਦਾਂ ਕਰਕੇ ਤੁਸੀਂ ਇਦਾਂ ਦੀਆਂ ਪਿਕਸ ਨਾ ਪਾਇਆ ਕਰੋ, ਚਲੋ ਥੈਂਕਸ ਹੈ ਨਾ ਤੁਸੀਂ ਕੇਅਰ ਕਰਦੇ ਹੋ ਉਹਦੇ ਲਈ ਹੈ ਨਾ, ਪਰ ਵੀ ਮੈਨੂੰ ਇੱਕ ਨਹੀਂ ਸਮਝ ਲੱਗਦੀ ਹੈ ਨਾ ਵੀ ਜੇ ਚਲੋ ਹੈ ਨਾ ਆਪਾਂ ਪਾ ਤੀ ਫੋਟੋ ਠੀਕ ਆ, ਚਲੋ ਉਹਨਾਂ ਦੀ ਸੋਚ ਆ ਕਿ ਚਲੋ ਖੈਰ ਉਹਨਾਂ ਨੇ ਜੋ ਵੀ ਸੋਚਿਆ, ਜਦੋਂ ਕਿਸੇ ਲਈ ਆਪਾਂ ਜੇ ਕਹਿੰਦੇ ਹੁੰਦੇ ਆ ਕਿ ਆਪਾਂ ਆਪਣਾ ਆਪਣਾ ਸਮਝਦੇ ਆਪਾਂ ਉਹਨੂੰ ਸਲਾਹ ਦਿੰਦੇ ਹਾਂ ਹੈ ਨਾ, ਉਹਦੇ ਲਈ ਆਪਾਂ ਬੋਲਦੇ ਹਾਂ ਕਿ ਤੁਸੀਂ ਇੱਦਾਂ ਨਾ ਕਰੋ ਉੱਦਾਂ ਨਾ ਕਰੋ, ਪਰ ਮੈਂ ਉਹਨਾਂ ਦੀ ਗੱਲ ਨਾਲ ਵੀ ਸਹਿਮਤ ਹਾਂ। ਪਰ ਕੀ ਜੇ ਆਪਣੀਆਂ ਭੈਣਾਂ ਜੀਨਾਂ ਪਾ ਕੇ ਜਾਂਦੀਆਂ ਨੇ ਜਾਂ ਕੱਪੜੇ ਪਾਉਂਦੀਆਂ ਨੇ, ਕਿ ਆਪਾਂ ਉਹਨਾਂ ਨੂੰ ਵੀ ਇਸੇ ਨਜ਼ਰੀਏ ਨਾਲ ਹੀ ਦੇਖਦੇ ਹਾਂ, ਆਪਾਂ ਉਹਨਾਂ ਬਾਰੇ ਵੀ ਇਹੀ ਸੋਚਦੇ ਹਾਂ ਕਿ ਅੱਜ ਇਹਨੇ ਜੀਨ ਪਾਈ ਆ ਅਤੇ ਇਹ ਇੱਦਾਂ ਦੀ ਲੱਗਦੀ ਆ, ਬੰਬ ਲੱਗਦੀ ਆ, ਫਲਾਨਾ ਲੱਗਦੀ ਆ, ਢਿਮਕਾ ਲੱਗਦੀ ਆ, ਹੈ ਨਾ। ਠੀਕ ਆ, ਹਰ ਇੱਕ ਬੰਦੇ ਦੇ ਕੱਪੜੇ ਲੀੜੇ ਪਾਉਣ ਨਾਲ ਨਹੀਂ, ਇਹ ਜਿਹੜੀ ਆਪਣੀ ਆਹ ਨਜ਼ਰੀਆ ਆ ਨਾ, ਇਹ ਜੇ ਜਿੰਨੀ ਦੇਰ ਇਹ ਨਹੀਂ ਸਹੀ ਹੁੰਦਾ ਗਾ, ਠੀਕ ਆ ਨਾ, ਕੁੜੀਆਂ ਤਾਂ ਉਹੀ ਨੇ ਨਾ ਜਿਹੜੀਆਂ ਆਪਣੇ ਘਰੇ ਆ, ਠੀਕ ਆ। ਪਰ ਗੱਲ ਤਾਂ ਸਮਝਣ ਦੀ, ਮੈਂ ਇਹ ਨਹੀਂ ਕਹਿੰਦੀ ਕਿ ਸਾਰੀਆਂ ਨੂੰ ਆਪਣੀਆਂ ਭੈਣਾਂ ਬਣਾ ਲਓ ਤੁਸੀਂ, ਠੀਕ ਆ, ਕਿਉਂਕਿ ਰਿਸ਼ਤੇ ਬਣਾਉਣੇ ਸੌਖੇ ਹੁੰਦੇ ਨੇ, ਨਿਭਾਉਣੇ ਬਹੁਤ ਔਖੇ ਹੁੰਦੇ ਨੇ, ਪਰ ਐਟਲੀਸਟ ਆਪਾਂ ਰਿਸਪੈਕਟ ਤਾਂ ਕਿਸੇ ਨੂੰ ਦੇ ਹੀ ਸਕਦੇ ਹਾਂ ਨਾ। ਇਹ ਥੋੜ੍ਹੀ ਹੈਗਾ ਆ ਕਿ ਆਪਾਂ ਮੂੰਹ ਚੱਕ ਕੇ ਉਹੀ ਕਿਸੇ ਨੂੰ ਕਹਿ ਦਿੱਤਾ ਕਿ ਤੂੰ ਇੱਦਾਂ ਆ, ਤੂੰ ਉੱਦਾਂ ਆ, ਫਲਾਨਾ ਆ, ਢਿਮਕਾ ਆ, ਹੈ ਨਾ। ਉਹ ਜਿਨ ਇਹਨਾਂ ਦੇ ਹੁੰਦੀਆਂ ਵੀ ਨੇ ਇਹਨਾਂ ਨੂੰ ਫਿਰ ਵੀ ਸ਼ਰਮ ਨਹੀਂ ਆਉਂਦੀ, ਇਹ ਲਾਈਕ ਉਹਨਾਂ ਨੂੰ ਵੀ ਇੱਦਾਂ ਹੀ ਟ੍ਰੀਟ ਕਰਦੇ। ਮੈਂ ਪਹਿਲਾਂ ਵੀ ਕਹਿ ਕੇ ਹਟੀ ਹਾਂ ਨਾ, ਇਹਨਾਂ ਦੇ ਘਰੇ ਜੇ ਲਾਈਕ ਭੈਣਾਂ ਮਾਵਾਂ ਹੁੰਦੀਆਂ ਵੀ ਆ ਨਾ, ਇਹ ਉਹਨਾਂ ਨੂੰ ਵੀ ਇੱਦਾਂ ਹੀ ਟ੍ਰੀਟ ਕਰਦੇ ਆ, ਤਾਂ ਹੀ ਤਾਂ ਫਿਰ ਇਹਨਾਂ ਦਾ ਹੌਂਸਲਾ ਵੱਧ ਜਾਂਦਾ ਆ ਨਾ ਦੂਸਰਿਆਂ ਨੂੰ ਵੀ ਕਹਿਣ ਦਾ, ਜੇ ਘਰੋਂ ਭੈਣ ਮੂੰਹ 'ਤੇ। ਅਤੇ ਫਿਰ ਮੈਂ ਇੱਕ ਵੀਡੀਓ ਮੈਂ ਦੇਖੀ ਸੀ ਟਿਕਟੋਕ 'ਤੇ, ਅਤੇ ਉਹ ਬੇਬੇ ਜੀ ਸੀਗੇ ਸ਼ਾਇਦ, ਉਹਨਾਂ ਦਾ ਪੋਤਾ ਹੋਣਾ ਆ, ਅਤੇ ਉਹ ਵੈਸੇ ਉਹਨਾਂ ਨੂੰ ਛੇੜਦੇ ਪਏ ਸੀਗੇ ਕਿ ਮੈਂ ਦੋ ਵਿਆਹ ਕਰਾਉਣੇ ਆ, ਇੱਦਾਂ ਉੱਦਾਂ ਆ, ਹੈ ਨਾ। ਅਤੇ ਉਹ ਅੱਗੋਂ ਮਤਲਬ ਉਹ ਮਜ਼ਾਕ ਹੀ ਕਰ ਰਹੇ ਸੀਗੇ, ਪਰ ਉਹ ਅੱਗੋਂ ਜਿਹੜੇ ਉਹਨਾਂ ਦੇ ਦਾਦੀ ਜੀ ਸੀ ਉਹਨਾਂ ਨੇ ਬਹੁਤ ਉਹਨਾਂ ਨੂੰ ਬੋਲੇ, ਹੈ ਨਾ, ਕਹਿੰਦੇ ਪੁੱਤ ਕਿਸੇ ਦੀ ਇੱਜ਼ਤ ਨਹੀਂ ਖਰਾਬ ਕਰੀ ਦਿੰਦੀ, ਦਿਸ ਜਾਂਦਾ। ਕਿਉਂਕਿ ਉਹ ਹੁਣ ਜੇ ਆਪਾਂ ਆਪਣੇ ਬੱਚਿਆਂ ਨੂੰ ਇੱਦਾਂ ਦੀਆਂ ਚੀਜ਼ਾਂ ਸਮਝਾ ਰਹੇ ਹਾਂ ਤਾਂ ਆਪਾਂ ਰਿਸਪੈਕਟ ਆਪਣੇ ਬੱਚੇ ਉੱਦਾਂ ਹੀ ਦੂਸਰਿਆਂ ਦੀ ਰਿਸਪੈਕਟ ਕਰੂਗੇ, ਅਤੇ ਜੇ ਆਪਾਂ ਨੂੰ ਕੋਈ ਘਰੇ ਸਮਝਾਉਣ ਵਾਲਾ ਹੀ ਨਹੀਂ ਹੋਊਗਾ ਤਾਂ ਆਪਾਂ ਕਿਸੇ ਨੂੰ ਕਿੱਥੋਂ ਰਿਸਪੈਕਟ ਦੇਵਾਂਗੇ, ਹੈ ਨਾ, ਨਹੀਂ ਦੇ ਸਕਦੇ ਨਾ। ਸੋ ਪਲੀਜ਼ ਮੇਰੀ ਰਿਕੁਐਸਟ ਹੀ ਆ, ਹੈ ਨਾ, ਫਿਲਹਾਲ ਤਾਂ ਮੈਂ ਰਿਕੁਐਸਟ ਹੀ ਕਰ ਸਕਦੀ ਹਾਂ, ਹੈ ਨਾ। ਅਤੇ ਕਿਉਂਕਿ ਮੈਂ ਬੋਲਣਾ ਨਹੀਂ ਹੈਗਾ ਸੀਗਾ, ਉਹ ਵੀ ਮੈਨੂੰ ਕਾਫੀ ਸਾਰੇ ਮੈਸੇਜ ਆਏ ਕਹਿੰਦੇ ਵੀ ਤੁਸੀਂ ਬੋਲਦੇ ਨਹੀਂ, ਤੁਸੀਂ ਕਾਹਤੋਂ ਚੁੱਪ ਆ, ਹੈ ਨਾ, ਇੱਦਾਂ ਉੱਦਾਂ, ਕਿਉਂਕਿ ਫਿਰ ਮੈਨੂੰ ਐਂ ਲੱਗਦਾ ਹੁੰਦਾ ਵੀ ਮੇਰੇ ਤੋਂ ਜ਼ਿਆਦਾ ਬੋਲਿਆ ਜਾਊਗਾ, ਸ਼ਾਇਦ ਅੱਜ ਵੀ ਮੇਰੇ ਤੋਂ ਥੋੜ੍ਹਾ ਜ਼ਿਆਦਾ ਹੀ ਬੋਲਿਆ ਗਿਆ ਹੋਣਾ ਆ, ਹੈ ਨਾ। ਪਰ ਮੈਂ ਜਿਹੜੇ ਚੰਗਾ ਲਿਖਣ ਵਾਲੇ ਨੇ, ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦੀ, ਠੀਕ ਹੈ ਜੀ, ਤੁਹਾਡੇ ਕਰਕੇ ਹੀ ਅਸੀਂ ਆ, ਮੈਂ ਦਿਲੋਂ ਰਿਸਪੈਕਟ ਕਰਦੀ ਹਾਂ ਸਾਰਿਆਂ ਦੀ, ਹੈ ਨਾ। ਪਰ ਜਿਹੜੇ ਇੱਦਾਂ ਦੇ ਨੇ, ਹੁਣ ਤੁਸੀਂ ਆਪ ਹੀ ਦੱਸ ਦਿਓ ਕਿ ਉਹਨਾਂ ਨੂੰ ਤਾਂ ਆਪਣਾ ਬੋਲਣਾ ਬਣਦਾ ਆ ਨਾ, ਹੈ ਨਾ, ਆਪਣਾ ਫਰਜ਼ ਬਣਦਾ ਆ ਕਿ ਉਹਨਾਂ ਨੂੰ ਇੱਕ, ਪਰ ਉਹਨਾਂ 'ਤੇ ਕੋਈ ਫਰਕ ਤਾਂ ਪੈਂਦਾ ਨਹੀਂ ਹੈਗਾ, ਹੈ ਨਾ। ਸੋ ਮੈਨੂੰ ਕਹਿੰਦੇ ਨਾਮ ਇੱਕ ਨੇ ਤਾਂ ਪਿੱਛੇ ਸਰਦਾਰ ਜੀ ਲਿਖਿਆ ਸੀਗਾ, ਉਹ ਕਿੱਥੋਂ ਸਰਦਾਰਾਂ ਦੀ, ਤਾਂ ਉਹ ਜੁੱਤੀ ਵਰਗਾ ਵੀ ਨਹੀਂ ਹੋਣਾ, ਠੀਕ ਹੈ ਨਾ, ਕਿਉਂਕਿ ਜਿਹੜੇ ਸਰਦਾਰਾਂ ਦੀ ਸੰਗਤ ਵੀ ਕਰ ਲੈਂਦੇ ਨੇ ਨਾ, ਉਹ ਵੀ ਲੋਕ ਜਾਣ ਜਾਂਦੇ ਨੇ ਕਿ ਕਿਸੇ ਦੀ ਰਿਸਪੈਕਟ ਕਿੱਦਾਂ ਕਰਨੀ ਆ, ਅਤੇ ਉਹ ਕਿੱਦਾਂ ਸਰਦਾਰ ਹੋ ਸਕਦਾ ਆ, ਪਹਿਲੀ ਗੱਲ ਆ, ਹੈ ਨਾ। ਸੋ ਮੈਨੂੰ ਇੱਕ ਦਾ ਨਾਮ ਪਤਾ ਨਹੀਂ ਕੀ, ਊਲ ਜਲੂਲ ਜਿਹਾ ਨਾਮ ਸੀ, ਗੰਦਾ ਜਿਹਾ ਨਾਮ ਸੀਗਾ, ਪਤਾ ਨਹੀਂ ਕੀ ਸੀਗਾ। ਹਾਂਜੀ ਮਾਨ ਸਾਹਿਬ, ਬਿਲਕੁਲ ਜੀ ਬਿਲਕੁਲ, ਉਹ ਰਿਸਪੈਕਟ ਕਰਦੇ ਨੇ ਕੁੜੀਆਂ ਦੀ, ਹੋਰ ਕੀ, ਸਾਰੇ ਲੋਕ ਰਿਸਪੈਕਟ। ਅੱਜ ਮੈਂ ਪਹਿਲਾਂ ਵੀ ਦੱਸ ਕੇ ਹਟੀ ਹਾਂ ਨਾ, ਜਦੋਂ ਫੇਸਬੁੱਕ ਨਵੀਂ ਨਵੀਂ ਸਟਾਰਟ ਹੋਈ ਸੀਗੀ ਅਤੇ ਉਦੋਂ ਸੀਗਾ ਵੀ ਲੋਕ ਥੋੜ੍ਹਾ ਜਿਹਾ ਮਤਲਬ ਕਿ ਬੋਲਦੇ ਸੀਗੇ ਵੀ, ਕੁਛ ਵੀ ਲਿਖ ਦਿੰਦੇ ਸੀਗੇ ਕਿਸੇ ਦੀ ਪ੍ਰੋਫਾਈਲ 'ਤੇ ਜਾ ਕੇ। ਪਰ ਨਾ ਕਾਫੀ ਟਾਈਮ ਤੋਂ, ਹੈ ਨਾ, ਮੈਂ ਵੈਸੇ ਆਪਣੇ ਪ੍ਰੋਫਾਈਲ 'ਤੇ ਦੇਖਿਆ ਨਹੀਂ ਕਿ ਕੋਈ ਗਲਤ ਕੁਛ ਲਿਖੇ ਇੰਸਟਾ 'ਤੇ ਵੀ, ਈਵਨ ਮੇਰੇ ਕੋਲ ਟਿਕਟੋਕ ਵੀ ਸੀ, ਹੈ ਨਾ, ਸਨੈਪਚੈਟ ਵੀ ਆ। ਸੋ ਕਦੇ ਇੱਦਾਂ ਨਹੀਂ ਹੋਇਆ ਕਿ ਉਹਦੇ 'ਤੇ ਕੁਛ ਗਲਤ ਲਿਖਿਆ ਹੋਵੇ, ਹੈ ਨਾ, ਕਦੇ ਕੁਛ ਇੱਦਾਂ ਦਾ ਹੋਇਆ। ਪਰ ਆ ਤਾਂ ਹੱਦ ਹੀ ਹੋ ਗਈ ਯਾਰ, ਬੰਦਾ ਇੱਕ ਵਾਰੀ ਲਿਖਦਾ, ਦੋ ਵਾਰੀ, ਪਤਾ ਨਹੀਂ ਕੀ ਕੁਛ ਪਾਈ ਜਾਂਦੇ ਨੇ, ਮੈਂ ਤਾਂ ਦੇਖਿਆ ਹੀ ਨਹੀਂ। ਮੈਂ ਤਾਂ ਹੁਣ ਉੱਠੀ ਸੀਗੀ ਅਤੇ ਮੈਂ ਦੇਖਿਆ, ਮੈਂ ਜਦੋਂ ਮੈਂ ਖੋਲ੍ਹ ਕੇ ਦੇਖਿਆ ਉਹ, ਫਿਰ ਮੇਰਾ ਖੂਨ ਜਿਹੜਾ ਖੋਲ ਗਿਆ। ਫਿਰ ਮੈਂ ਕਿਹਾ ਜੇ ਬੰਦਾ ਮੇਰੇ ਸਾਹਮਣੇ ਹੋਏ ਮੈਨੂੰ ਮਾਰਦਾ, ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਨਾ, ਇਹਨਾਂ ਨੂੰ ਸਮੱਤ ਬਖਸ਼ੋ, ਇਹਨਾਂ ਨੂੰ ਅਕਲ ਦਿਓ ਪੂਰਾ। ਛੱਡ ਤਾਂ ਗੁੱਸੇ ਦੀ ਗੱਲ ਨਹੀਂ ਹੈਗੀ, ਗੁੱਸਾ ਤਾਂ ਆਪਾਂ, ਚਲੋ ਆਪਾਂ ਮਾੜੇ ਬੰਦਿਆਂ ਨੇ ਕਾਹਦਾ ਗੁੱਸਾ ਕਿਸੇ 'ਤੇ ਵੀ ਨਹੀਂ ਕਰਨਾ ਆ, ਪਰ ਗੱਲ ਇਹ ਹੈਗੀ ਆ ਵੀ, ਹੈ ਨਾ, ਨਾਲ ਕਿੰਨੇ ਜਾਣੇ ਐਡ ਹੁੰਦੇ ਨੇ, ਮੇਰਾ ਵੀ, ਮੇਰੇ ਭਰਾ ਮੇਰੇ ਨਾਲ ਨੇ, ਹੈ ਨਾ, ਮਾਸੀਆਂ ਦੇ ਮੁੰਡੇ ਐਡ ਨੇ ਨਾਲ, ਕੋਈ ਮਾਮਿਆਂ ਦੇ ਨੇ, ਕੋਈ ਲਾਈਕ, ਉਹ ਫਿਰ ਚੀਜ਼ ਦਾ ਨਾ ਚੰਗੀ ਨਹੀਂ ਲੱਗਦੀ, ਫਿਰ ਬੰਦੇ ਨੂੰ ਹਰਟ ਹੁੰਦਾ ਆ ਬੰਦਾ ਕਿ
ਬੰਦਾ ਸੋਚਦਾ ਆ ਕਿ ਮੈਂ ਐਡਾ ਕਿਹੜਾ ਗੁਨਾਹ ਕਰ ਦਿੱਤਾ ਵੀ ਕੋਈ ਵੀ ਮੂੰਹ ਚੱਕ ਕੇ ਐਵੇਂ ਭੌਂਕੀ ਜਾਂਦਾ ਆ, ਹਨਾ। ਉਹਦੇ ਕਰਕੇ ਠੰਡੀ ਹੋਣ ਵਾਲੀ ਤਾਂ ਕਿਹੜੀ ਗੱਲ ਆ, ਠੰਡੀ ਆਪਾਂ ਤਾਂ ਕੋਈ ਉਹ ਨਹੀਂ ਹੈਗੀ ਗੀ ਗੱਲ, ਪਰ ਗੁੱਸਾ ਸੀਗਾ ਮੈਨੂੰ, ਮੈਂ ਸੋ ਉਹ ਕਲੀਅਰ ਕਰ ਦਿੱਤਾ, ਹੈ ਨਾ। ਅਤੇ ਤੁਹਾਡਾ ਸਾਰਿਆਂ ਦਾ ਜਿੰਨੇ ਸਾਥ ਦੇਣ ਵਾਲੇ ਹੋ, ਕਿਉਂਕਿ ਮੈਨੂੰ ਖੁਸ਼ੀ ਵੀ ਇਸ ਗੱਲ ਦੀ ਹੋਈ, ਸਪੈਸ਼ਲ ਮੈਂ ਚਲੋ ਥੈਂਕਸ ਵੀ ਉਹਨਾਂ ਦਾ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਉਹ ਬੰਦੇ ਨੂੰ ਰਿਪਲਾਈ ਵੀ ਕੀਤਾ ਆ, ਉਹਨੂੰ ਬੋਲੇ ਵੀ ਆ ਕਿ ਤੈਨੂੰ ਅਕਲ ਨਹੀਂ ਫਲਾਣਾ ਢਿੰਗਾ, ਜਿੰਨਾ ਕੁ ਚਲੋ ਬੰਦਾ ਕਹਿ ਸਕਦਾ ਆ। ਹੁਣ ਜੇ ਆਪਾਂ ਵੀ ਉਹਦੇ ਵਾਂਗੂ, ਗਾਲਾਂ ਤਾਂ ਸਾਰਿਆਂ ਨੂੰ ਹੀ ਆਉਂਦੀਆਂ ਆ, ਹੈ ਨਾ, ਮੈਨੂੰ ਵੀ ਆਉਂਦੀਆਂ ਆ। ਅਤੇ ਪਰ ਕਹਿੰਦੇ ਹੁੰਦੇ ਆ ਵੀ ਜੇ ਇੱਕ ਬੰਦਾ ਗਲਤ ਆ ਤਾਂ ਆਪਾਂ ਉਹਦੇ ਪਿੱਛੇ ਲੱਗ ਕੇ ਫਿਰ ਗਲਤ ਥੋੜ੍ਹੀ ਹੋਣਾ ਆ, ਹੈ ਨਾ। ਫਿਰ ਤਾਂ ਆਪਾਂ ਨੇ ਤਾਂ ਉਹਦੇ ਵਿੱਚ ਫਿਰ ਕੋਈ ਫਰਕ ਹੀ ਨਹੀਂ ਨਾ ਰਹਿ ਗਿਆ, ਹੈ ਨਾ। ਸੋ ਚਲੋ ਠੀਕ ਹੈ ਜੀ, ਹੁਣ ਦੇ ਲਈ ਇੰਨਾ ਹੀ। ਹੁਣ ਮੈਂ ਨਾਲ ਕੋਈ ਰੋਟੀ ਪਾਣੀ ਬਣਾ ਲਵਾਂ, ਖਾਣੀਆਂ ਵੀ ਨੇ ਘਰਦਿਆਂ ਨੇ ਦੇਣੀਆਂ ਨੇ ਰੋਟੀਆਂ, ਫਿਰ ਉਹਨਾਂ ਨੇ ਕਿਹੜਾ ਸਵੇਰੇ ਫੋਨ ਫੜ ਕੇ ਬੈਠ ਗਈ ਆ। ਸੋ ਫਿਰ ਆਪਾਂ ਲੇਟਰ ਔਨ ਗੱਲ ਕਰਦੇ ਹਾਂ ਜੀ, ਅਤੇ ਧਿਆਨ ਰੱਖਿਓ ਜੀ ਆਪਣਾ ਅਤੇ ਆਪਣੇ ਪਰਿਵਾਰ ਦਾ। ਥੈਂਕ ਯੂ ਜੀ। ਸਿੱਪੀ ਕਹਿੰਦੇ ਬਲੌਕ ਕਰਦੇ, ਹੁਣੇ ਮੈਂ ਕਰਕੇ ਹਟੀ ਹਾਂ ਬਲੌਕ ਵੈਸੇ ਤਾਂ, ਅਤੇ ਪਰ ਪਤਾ ਨਹੀਂ ਹੁਣ ਕੀ ਹੋਊਗਾ। ਕਲਾਸ ਕਰ ਲਓ ਸੀਗੇ ਗੋਪੀ ਸਿੱਧੂ, ਪਤਾ ਨਹੀਂ ਮੈਨੂੰ ਤਾਂ। ਜਹਾਨ ਉਹੀ ਜੁੱਤੀਆਂ ਫੇਰਨ ਦੀ ਗੱਲ ਨਹੀਂ ਹੈਗੀ, ਜੁੱਤੀਆਂ ਤਾਂ ਆਪਾਂ ਫੇਰਦੀਏ ਜੀ, ਆਪਾਂ ਨੂੰ ਹੁਣ ਪਤਾ ਤਾਂ ਲੱਗੇ ਵੀ ਉਹ ਹੈ ਕੌਣ, ਰਹਿੰਦਾ ਕਿੱਥੇ ਆ। ਗੱਲ ਜੁੱਤੀਆਂ ਫੇਰਨ ਦੀ ਨਹੀਂ ਹੈਗੀ ਗੀ, ਪਰ ਪਤਾ ਨਹੀਂ। ਚਲੋ ਖੈਰ, ਹਾਂ ਚਲੋ ਠੀਕ ਹੈ ਜੀ, ਫਿਰ ਆਪਾਂ ਲੇਟਰ ਔਨ ਗੱਲ ਕਰਦੇ ਹਾਂ। ਅਤੇ ਬਾਬਾ ਜੀ ਮਿਹਰ ਕਰਨ, ਐਵੇਂ ਦੇ ਲੋਕਾਂ ਨੂੰ ਸਮਰੱਥ ਬਖਸ਼ਣ ਜਿਹੜੇ ਕੁਛ ਇੱਦਾਂ ਦਾ ਭੌਂਕਦੇ ਨੇ, ਭੌਂਕਦੇ ਹੀ ਕਹਿ ਸਕਦੇ ਇਹਨਾਂ ਨੂੰ ਤਾਂ ਆਪਾਂ। ਓਕੇ ਠੀਕ ਹੈ ਜੀ, ਸੋਰੀ ਮੈਂ ਕਿਸੇ ਦਾ ਨਾਮ ਨਹੀਂ ਲੈ ਸਕੀ ਅੱਜ, ਹੈ ਨਾ, ਕਿਉਂਕਿ ਮੈਨੂੰ ਮੈਂ ਆਪਦੀ ਪੜਾਸ ਕੱਢਣ ਦੇ ਵਿੱਚ ਹੀ ਸੀਗੀ, ਹੈ ਨਾ। ਅਤੇ ਬੋਲਣਾ ਚਾਹੀਦਾ ਵੀ ਆ ਵੀ ਆਪਾਂ, ਹੈ ਨਾ, ਆਪਾਂ ਆਪਣੇ ਹੱਕ ਦੇ ਲਈ ਬੋਲ ਸਕਦੇ ਹਾਂ, ਆਪਾਂ ਆਪਣੇ ਰਾਈਟਸ, ਆਪਣਾ ਰਾਈਟ ਬਣਦਾ ਆ, ਹੈ ਨਾ, ਕਿ ਅਸੀਂ ਬੋਲੀਏ, ਆਪਾਂ ਅਸੀਂ ਆਪਦੇ ਲਈ ਤਾਂ ਆਪਾਂ ਬੋਲ ਹੀ ਸਕਦੇ ਹਾਂ ਨਾ। ਅਤੇ ਮੈਂ ਉਹਨਾਂ ਦਾ ਵੀ ਥੈਂਕਸ ਕਰਦੀ ਹਾਂ ਜਿਹੜੇ ਮੇਰੇ ਲਈ ਬੋਲਦੇ ਆ। ਅਤੇ ਠੀਕ ਹੈ ਜੀ, ਬਾਏ ਬਾਏ, ਫਿਰ ਟੇਕ ਕੇਅਰ ਜੀ, ਧਿਆਨ ਰੱਖਿਓ ਜੀ ਆਪਣਾ ਵੀ ਅਤੇ ਆਪਣੇ ਪਰਿਵਾਰ ਦਾ ਵੀ। ਉਹ ਇੰਦਰਪ੍ਰੀਤ ਸਿੰਘ ਵੀਰਸ, ਹਰਪ੍ਰੀਤ ਭਾਅ ਜੀ, ਹਰਪ੍ਰੀਤ ਭਾਅ ਜੀ ਆਪਣੇ ਪਿੰਡ ਨੇ ਜੀ, ਅਤੇ ਮੈਂ ਆਪਣੇ ਪਿੰਡ ਹਾਂ ਜੀ। ਅਤੇ ਓਕੇ ਠੀਕ ਹੈ ਜੀ, ਬਾਏ ਬਾਏ ਜੀ, ਸਤਿ ਸ਼੍ਰੀ ਅਕਾਲ।